ਤੇ ਇਹ ਲੈਣ ਤੇ ਆਪਾਂ ਰੁਕਤੀ ਆ ਨਵਾਨੀ ਫਾਟਕ ਦੇ ਜਲੰਧਰ ਦੇ ਲਾਗੇ ਇਹ ਉਹਨਾਂ ਚਿਰ ਰੁਕੀ ਰਹੂਗੀ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਫਿਰ ਦੋ ਦਿਨ ਦੇ ਉੱਥੇ ਬਹਿ ਕੇ ਅਲਟੀਮੇਟਮ ਦੇਣ ਦੇ ਆ ਵੀ ਤੁਸੀਂ ਸਾਡੇ ਨਾਲ ਨਿਬੇੜ ਲਓ ਸਾਡੇ ਨਾਲ ਨਿਬੇੜ ਲਓ ਨਹੀਂ ਤਾਂ ਟ੍ਰੇਨ 'ਤੇ ਜਾਵਾਂਗੇ ਹੋਰ ਹਾਰ ਕੇ ਕਰਾਂਗੇ ਕੀ ਹੁਣ ਜਾਂ ਮਰਾਂਗੇ ਅਤੇ ਜਾਂ ਫਿਰ ਘਰਾਂ ਨੂੰ ਜਾਵਾਂਗੇ ਜੇ ਇਹਨਾਂ ਦਾ ਜੀ ਕਰਦਾ ਟ੍ਰੇਨ ਲੰਘਾਉਣੀ ਉੱਤੋਂ ਲੰਘਾ ਦੇਣ ਜੇ ਇਹਨਾਂ ਦਾ ਜੀ ਕਰਦਾ ਉੱਥੇ ਲਾਠੀ ਚਾਰਜ ਕਰਨਾ ਕਰ ਦੇਣ ਸਰਕਾਰ ਆ ਜੋ ਮਰਜ਼ੀ ਕਰਦੇ ਪਰ ਅਸੀਂ ਆਪਣੇ ਹੱਕ ਲੈਣ ਤੋਂ ਬਿਨਾਂ ਨਹੀਂ ਜਾਵਾਂਗੇ ਘਰਾਂ ਨੂੰ ਜਿਹੜਾ ਕਾਲੀ ਫਸਲ ਖੜੀ ਆ ਉਹਨੂੰ ਚਲਾਉਣ ਬਾਰੇ ਮਿੱਲਾਂ ਨੂੰ ਕੋਈ ਨੋਟੀਫਿਕੇਸ਼ਨ ਨਹੀਂ ਕਦੋਂ ਮਿੱਲਾਂ ਚੱਲਣੀਆਂ ਮਿੱਲਾਂ ਚੱਲਣਗੀਆਂ ਕਿ ਟਰਾਲੀ ਕੰਨੇ ਸੁੱਟਾਂਗੇ ਮਾੜਾ ਮੋਟਾ ਕੋਈ ਦਾਲ ਫੁਲਕਾ ਚੱਲੂਗਾ ਜਦੋਂ ਘਰ ਦਾਲ ਫੁਲਕਾ ਨਹੀਂ ਤਾਂ ਫਿਰ ਇੱਥੇ ਲੜਾਂਗੇ ਤਾਂ ਜਮਰਾਂਗੇ ਅਸੀਂ ਆਪਣੀ ਫਸਲ ਬੀਜੀ ਦਾ ਰੇਟ ਮੰਗਦੇ ਹਾਂ ਫਿਰ ਇਹ ਤੋਂ ਪਹਿਲਾਂ ਅਸੀਂ ਐੱਮ ਐੱਲ ਏ ਨੂੰ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਹੱਲ ਕਿਉਂ ਨਹੀਂ ਕੀਤਾ ਅਸੀਂ 3-4 ਮਹੀਨੇ ਦਾ ਰੌਲਾ ਪਾਉਂਦੇ ਉਦੋਂ ਦਾ ਕਿਉਂ ਨਹੀਂ ਹੱਲ ਕੀਤਾ ਉੱਥੇ ਬਿਨਾਂ ਪਾਸ ਤੋਂ ਕਿਸੇ ਨੂੰ ਅੰਦਰ ਨਹੀਂ ਵੜਨ ਦਿੰਦੇ ਜਿਨ੍ਹਾਂ ਨੂੰ ਸੱਦਿਆ ਹੋਇਆ ਉਹਨਾਂ ਨੂੰ ਅੰਦਰ ਵੜਦੇ ਇਹ ਮੁਲਾਜ਼ਮ ਜਾਂ ਪ੍ਰਸ਼ਾਸਨਿਕ ਪੱਗ ਲਾਉਂਦਾ ਜਾਂ ਧੱਕੇਸ਼ਾਹੀ ਕਰਦਾ ਫਿਰ ਮੇਰੇ ਬੰਦੇ ਚੁੱਪ ਤਾਂ ਨਹੀਂ ਕਰਨਗੇ ਘਰੋਂ ਨਿਕਲੇ ਸਾਡੇ ਵਾਸਤੇ ਤਾਂ ਦਿੱਲੀ ਵੀ ਉੱਦਾਂ ਦੀ ਅਤੇ ਪੰਜਾਬ ਵੀ ਉੱਦਾਂ ਦਾ ਅਤੇ ਜਿਹੜੀਆਂ ਬੀਬੀਆਂ ਆਈਆਂ ਉਹਨਾਂ ਰੋਟੀਆਂ ਪਕਾਉਣੀਆਂ ਸ਼ੁਰੂ ਕਰਦੀਆਂ ਇੱਥੇ ਬਹਿ ਕੇ ਖਾਈ ਕੋਈ ਜਾਣੀਆਂ ਜੇਕਰ ਹੁਣ ਗੱਲ ਕੀਤੀ ਜਾਵੇ ਜਲੰਧਰ ਦੀ ਤਾਂ ਕਾਫੀ ਜ਼ਿਆਦਾ ਤਣਾਅ ਪੂਰਨ ਸਥਿਤੀ ਬਣੀ ਹੋਈ ਹੈ ਰੇਲਵੇ ਟਰੈਕ ਵੀ ਜਾਮ ਕਰ ਦਿੱਤੇ ਗਏ ਨੇ ਕਿਸਾਨਾਂ ਦੇ ਵੱਲੋਂ ਅਤੇ ਪੁਲਿਸ ਅਤੇ ਕਿਸਾਨਾਂ ਦੇ ਵਿਚਾਲੇ ਕਾਫੀ ਜ਼ਿਆਦਾ ਤਕਰਾਰ ਵੇਖਣ ਨੂੰ ਮਿਲ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਉਹਨਾਂ ਦੀ ਸੁਣਵਾਈ ਨਹੀਂ ਹੋਈ ਜਿਨ੍ਹਾਂ ਉਹਨਾਂ ਨੂੰ ਗੰਨੇ ਦਾ ਮੁਆਵਜ਼ਾ ਚਾਹੀਦਾ ਸੀ ਸੋ ਉਹਨਾਂ ਦੀ ਕਿਸੇ ਨੇ ਨਹੀਂ ਸੁਣੀ ਇਸਦੇ ਚੱਲਦਿਆਂ ਉਹਨਾਂ ਦੇ ਵੱਲੋਂ ਹੁਣ ਰੇਲਵੇ ਟਰੈਕ ਵੀ ਜਾਮ ਕਰ ਦੇਣ ਦਾ ਜਿਹੜਾ ਅਲਟੀਮੇਟਮ ਦਿੱਤਾ ਗਿਆ ਸੀ ਉਹ ਸਮਾਂ ਹੁਣ ਆ ਚੁੱਕਿਆ 12 ਵਜੇ ਦਾ ਸਮਾਂ ਦਿੱਤਾ ਗਿਆ ਸੀ ਇਸ ਕਰਕੇ ਕਿਸਾਨਾਂ ਨੇ ਹੁਣ ਰੇਲਵੇ ਟਰੈਕ ਵੀ ਜਲੰਧਰ ਦੇ ਵਿੱਚ ਜਾਮ ਕਰ ਦਿੱਤੇ ਨੇ ਅਤੇ ਜੇਕਰ ਉੱਧਰ ਨੂੰ ਕੋਈ ਜਾਣਾ ਚਾਹੁੰਦਾ ਹੈ ਤਾਂ ਸਵਾਰੀਆਂ ਅਤੇ ਯਾਤਰੀਆਂ ਦੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕਿਸਾਨਾਂ ਨੇ ਕਦ ਤੱਕ ਇਹ ਧਰਨਾ ਹੁਣ ਜਾਰੀ ਰੱਖਣਾ ਦੇਖੋ ਆ ਇੱਕ ਜਾਂਦੀ ਆ ਮੇਨ ਲਾਈਨ ਜਿਹੜੀ ਜੰਮੂ ਵਾਲੀ ਦਿੱਲੀ ਵਾਲੀ ਅਤੇ ਇਹ ਲਾਈਨ 'ਤੇ ਆਪਾਂ ਰੋਕਤੀ ਆ ਨਵਾਨੀ ਫਾਟਕ ਦੇ ਜਲੰਧਰ ਦੇ ਲਾਗੇ ਇਹ ਉਹਨਾਂ ਚਿਰ ਰੁਕੀ ਰਹੂਗੀ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕਿਉਂਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਅਸੀਂ ਪਹਿਲਾਂ ਅਲਟੀਮੇਟਮ ਦਿੱਤੇ ਵੀ ਅਸੀਂ ਧਰਨਾ ਲਾਵਾਂਗੇ ਸਾਡੇ ਨਾਲ ਨਿਬੇੜ ਲਓ ਉਦੋਂ ਇਹਨਾਂ ਨੇ ਨਹੀਂ ਮੰਨਿਆ ਫਿਰ 2 ਦਿਨ ਦੇ ਉੱਥੇ ਬਹਿ ਕੇ ਅਲਟੀਮੇਟਮ ਦੇਣ ਦੇ ਆ ਵੀ ਤੁਸੀਂ ਸਾਡੇ ਨਾਲ ਨਿਬੇੜ ਲਓ ਸਾਡੇ ਨਾਲ ਨਿਬੇੜ ਲਓ ਨਹੀਂ ਤਾਂ ਅਸੀਂ ਟ੍ਰੇਨ 'ਤੇ ਜਾਵਾਂਗੇ ਸਰਕਾਰ ਦੇ ਕੰਨ 'ਤੇ ਜੂਣੀ ਅਸੀਂ ਟ੍ਰੇਨ 'ਤੇ ਵੀ ਆ ਕੇ ਸਰਕਾਰ ਦਾ ਕੋਈ ਸੁਣਾ ਨਹੀਂ ਹੋਰ ਹਾਰ ਕੇ ਕਰਾਂਗੇ ਕੀ ਹੁਣ ਜਾਂ ਮਰਾਂਗੇ ਅਤੇ ਜਾਂ ਫਿਰ ਘਰਾਂ ਨੂੰ ਜਾਵਾਂਗੇ ਹੁਣ ਕੁਛ ਉੱਥੇ ਬਵਾਂਗੇ ਕੁਛ ਇੱਥੇ ਬਵਾਂਗੇ ਜੇ ਇਹਨਾਂ ਦਾ ਜੀ ਕਰਦਾ ਟ੍ਰੇਨ ਲੰਘਾਉਣੀ ਉੱਤੋਂ ਲੰਘਾ ਦੇਣ ਜੇ ਇਹਨਾਂ ਦਾ ਜੀ ਕਰਦਾ ਉੱਥੇ ਲਾਠੀ ਚਾਰਜ ਕਰਨਾ ਕਰ ਦੇਣ ਜੋ ਕਿਉਂਕਿ ਸਰਕਾਰ ਆ ਜੋ ਮਰਜ਼ੀ ਕਰਦੇ ਪਰ ਅਸੀਂ ਆਪਣੇ ਹੱਕ ਲੈਣ ਤੋਂ ਬਿਨਾਂ ਨਹੀਂ ਜਾਵਾਂਗੇ ਘਰਾਂ ਨੂੰ ਕਿਉਂਕਿ ਜਾਈਏ ਕੀ ਸਾਡੀ ਰੋਜ਼ੀ ਰੋਟੀ ਆ ਸਾਡੇ ਕੋਲ ਹੋਰ ਕਾਰੋਬਾਰ ਕੋਈ ਨਹੀਂ ਗੇ ਦਰਿਆਵਾਂ ਦੇ ਕੰਢੇ ਫਸਲਾਂ ਉਹ ਮਰ ਗਈਆਂ ਕਮਾਦ ਸਾਡਾ ਮਰ ਗਿਆ ਗੰਨਾ ਦੂਜਾ ਝੋਨਾ ਸਾਡਾ ਮਰ ਗਿਆ ਉਹਦਾ ਕੋਈ ਮੁਆਵਜ਼ਾ ਨਹੀਂ ਅਤੇ ਜਿਹੜਾ ਕਾਲੀ ਫਸਲ ਖੜੀ ਆ ਉਹਨੂੰ ਚਲਾਉਣ ਬਾਰੇ ਮਿੱਲਾਂ ਨੂੰ ਕੋਈ ਨੋਟੀਫਿਕੇਸ਼ਨ ਨਹੀਂ ਕਦੋਂ ਮਿੱਲਾਂ ਚੱਲਣੀਆਂ ਅਤੇ ਕਦੋਂ ਸਾਡਾ ਜਿਹੜਾ ਅਗਲਾ ਕੰਮ ਜਿਹੜਾ ਵਾ ਉਹ ਕੋਈ ਅਸੀਂ ਸੋਚਦੇ ਵੀ ਮਿੱਲਾਂ ਚੱਲਣਗੀਆਂ ਕਿ ਟਰਾਲੀ ਕੰਨੇ ਸੁੱਟਾਂਗੇ ਮਾੜਾ ਮੋਟਾ ਕੋਈ ਦਾਲ ਫੁਲਕਾ ਚੱਲੂਗਾ ਜਦੋਂ ਘਰ ਦਾਲ ਫੁਲਕਾ ਨਹੀਂ ਤਾਂ ਫਿਰ ਇੱਥੇ ਤਾਂ ਲੜਾਂਗੇ ਤਾਂ ਜਮਰਾਂਗੇ ਇਹ ਕਰਕੇ ਉਹਨਾਂ ਚਿਰ ਜਿੰਨਾ ਚਿਰ ਇਹ ਸਾਡੀਆਂ ਜਿਹੜੀਆਂ ਮੰਗਾਂ ਵਾ ਬਹੁਤ ਵਾਜਬ ਅਤੇ ਜਾਇਜ਼ ਆ ਅਸੀਂ ਕੋਈ ਬਹੁਤ ਵੱਡੀਆਂ ਰੱਖੀਆਂ ਕਿ ਸੀ ਐੱਮ ਸਾਹਿਬ ਦੀ ਕੋਠੀ ਮੰਗ ਲਈ ਆ ਜਾਂ ਸੀ ਐੱਮ ਸਾਹਿਬ ਦੀ ਪੈਲੀ ਮੰਗ ਲਈ ਅਸੀਂ ਅਸੀਂ ਆਪਣੀ ਫਸਲ ਬੀਜੀ ਦਾ ਰੇਟ ਮੰਗਦੇ ਹਾਂ ਆਪਣੀ ਫਸਲ ਬੀਜੀ ਦਾ ਪੈਸੇ ਮੰਗਦੇ ਹਾਂ ਆਪਣੀ ਫਸਲ ਮਰੀ ਦਾ ਮੁਆਵਜ਼ਾ ਮੰਗਦੇ ਹਾਂ ਦੱਸੋ ਮੁਆਵਜ਼ਾ ਸਰਕਾਰ ਦਾ ਦੇਣਾ ਫਰਜ਼ ਬਣਦਾ ਤੁਸੀਂ ਮੀਡੀਆ ਵਾਲੇ ਸਾਰੇ ਬਣਦਾ ਕਿ ਨਹੀਂ ਬਣਦਾ ਆਣ ਮਿੱਥੇ ਸਮੇਂ ਲਈ ਕਿੱਦਾਂ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਲੋਕਲ ਕਿਹਾ ਗਿਆ ਸੀ ਆਵੀਂ ਮੀਟਿੰਗ ਇਹ ਮੇਰੇ ਦਫ਼ਤਰ ਦੇ ਘਰ ਹੈ ਜਾਮ ਨਾਲ ਨਾ ਕੋਈ ਹੱਲ ਨਹੀਂ ਹੋਇਆ ਜਾਏਗਾ ਖੇਤੀਬਾੜੀ ਮੰਤਰੀ ਹੈਗੇ ਆ ਹੋਰ ਵੀ ਹੈਗੇ ਨੇ ਉਹਨਾਂ ਨਾਲ ਬਹਿ ਕੇ ਗੱਲਬਾਤ ਕੀਤੀ ਜਾਵੇ ਇਸ ਦਾ ਹੱਲ ਕੀਤਾ ਜਾਵੇ ਦੇਖੋ ਖੇਤੀਬਾੜੀ ਮੰਤਰੀ ਕੋ ਹੋ ਕੇ ਆਏ 8 ਤਰੀਕ ਨੂੰ 8 ਤਰੀਕ ਨੂੰ ਉਹਨੇ ਕਿਹਾ ਮੇਰੇ ਘਰ 9 ਵਜੇ ਆ ਜਾਓ ਇਹ 8:30 ਚੱਲ ਗਏ ਹੱਲ ਕੀਤਾ ਨਹੀਂ ਫਿਰ ਉਹਨੇ 16 ਤਰੀਕ ਦਾ ਲਾਰਾ ਲੈ ਕੇ ਘੱਲਤਾ ਉਹਨੂੰ ਫਿਰ ਇਹ ਤੋਂ ਪਹਿਲਾਂ ਅਸੀਂ ਐੱਮ ਐੱਲ ਏ ਨੂੰ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਹੱਲ ਕਿਉਂ ਨਹੀਂ ਕੀਤਾ ਅਸੀਂ 3-4 ਮਹੀਨੇ ਦਾ ਰੌਲਾ ਪਾਉਂਦੇ ਉਦੋਂ ਦਾ ਕਿਉਂ ਨਹੀਂ ਹੱਲ ਕੀਤਾ ਫਿਰ ਸੀ ਐੱਮ ਸਾਹਿਬ ਕਹਿੰਦਾ ਮੇਰਾ ਘਰ ਵਿਹਲਾ ਦਫ਼ਤਰ ਵਿਹਲਾ ਕੱਲ੍ਹ ਤਾਂ ਇਹਨੇ ਇੱਕ ਭੇਜਿਆ ਕਿਉਂ ਨਹੀਂ ਲੈਟਰ ਵੀ ਆਓ ਆਣ ਕੇ ਮੇਰੇ ਨਾਲ ਗੱਲ ਕਰ ਲਓ ਟਵੀਟ ਨਾਲ ਥੋੜ੍ਹਾ ਜਾਣਾ ਅਸੀਂ ਉੱਥੇ ਦਿਨ ਹਜ਼ਾਰਾਂ ਬੰਦੇ ਲਾਏ ਆ ਆਪਣੇ ਮੁਲਾਜ਼ਮ ਡੱਕਣ ਵਾਸਤੇ ਸਾਨੂੰ ਉੱਥੇ ਬਿਨਾਂ ਪਾਸ ਤੋਂ ਕਿਸੇ ਨੂੰ ਅੰਦਰ ਨਹੀਂ ਵੜਨ ਦਿੰਦੇ
ਜਿਨ੍ਹਾਂ ਨੂੰ ਸੱਦਿਆ ਹੋਇਆ ਉਹਨਾਂ ਨੂੰ ਅੰਦਰ ਵੜਦੇ ਆ। ਜਦੋਂ ਤੁਸੀਂ ਇਸ ਬਾਰੇ ਧਰਨੇ ਰੇਲ ਟਰੈਕ ਤੇ ਬਹਿਣਾ ਸੀ ਤੇ ਪ੍ਰਸ਼ਾਸਨ ਤੁਹਾਡੇ ਜਲੰਧਰ ਪ੍ਰਸ਼ਾਸਨ ਨਾਲ ਤੁਹਾਡੀ ਕੋਈ ਗੱਲਬਾਤ ਹੋਈ? ਦੇਖੋ ਪ੍ਰਸ਼ਾਸਨ ਨੇ ਸਾਥ ਹੀ ਦਿੱਤਾ, ਪ੍ਰਸ਼ਾਸਨ ਨੇ ਕੋਈ ਧੱਕਾ ਨਹੀਂ ਕੀਤਾ। ਪ੍ਰਸ਼ਾਸਨ ਦੀ ਚਲੋ ਜ਼ਿੰਮੇਵਾਰੀ ਹੁੰਦੀ ਹੈ ਉੱਤੋਂ ਸਰਕਾਰ ਤੋਂ ਜੋ ਆਰਡਰ ਆਉਂਦਾ, ਤੇ ਫਿਰ ਵੀ ਪ੍ਰਸ਼ਾਸਨ ਨੇ ਕੋਈ ਧੱਕੇਸ਼ਾਹੀ ਨਹੀਂ ਕੀਤੀ। ਪ੍ਰਸ਼ਾਸਨ ਨੇ ਵੇਖਿਆ ਵੀ ਕਿਸਾਨ ਅੱਜ ਗੁੱਸਾ ਵਾ ਤੇ ਪ੍ਰਸ਼ਾਸਨ ਨੇ ਕੋਈ ਜ਼ਿਆਦਾ ਧੱਕੇਸ਼ਾਹੀ ਨਹੀਂ ਕੀਤੀ। ਹਨ ਤੁਹਾਡੇ ਵੱਲੋਂ ਸਟੇਜ ਦੇ ਉੱਤੇ ਕਿਹਾ ਗਿਆ ਸੀ ਹਾਂ ਵੀ ਧੱਕੇਬਾਜ਼ੀ ਹੁੰਦੀ ਹੈ ਜਾਂ ਮੇਰੀ ਪੱਗ ਨੂੰ ਕੋਈ ਹੱਥ ਲਾਉਂਦਾ, ਤੇ ਉਸਦੇ ਬਾਰੇ ਵੀ ਤੁਸੀਂ ਗੱਲਬਾਤ ਕਿਸਾਨ ਭਾਈਚਾਰੇ ਨੂੰ ਗੱਲ ਕਰੀ? ਵੇਖੋ ਮੈਂ ਇੱਕ ਕਿਸਾਨ ਜਥੇਬੰਦੀ ਦਾ ਨੁਮਾਇੰਦਾ ਵਾਂ, ਪ੍ਰਧਾਨ ਹਾਂ। ਮੇਰੇ ਨਾਲ ਜੇ ਕੋਈ ਸਾਥੀ ਆਏ ਹੋਣਗੇ, ਜੇ ਮੇਰੀ ਮੁਲਾਜ਼ਮ ਜਾਂ ਪ੍ਰਸ਼ਾਸਨ ਕੋਈ ਪੱਗ ਲਾਉਂਦਾ ਜਾਂ ਧੱਕੇਸ਼ਾਹੀ ਕਰਦਾ, ਫਿਰ ਮੇਰੇ ਬੰਦੇ ਚੁੱਪ ਤਾਂ ਨਹੀਂ ਕਰਨਗੇ। ਫਿਰ ਮੈਂ ਇਹਨਾਂ ਨੂੰ ਕਿਹਾ ਵੀ ਜਿੰਨਾ ਚਿਰ ਮੇਰੇ 'ਤੇ ਕੋਈ ਵਾਧਾ ਨਹੀਂ ਹੁੰਦਾ ਉਨਾ ਚਿਰ ਤੁਸੀਂ ਨਹੀਂ ਕੋ ਕਰਨਾ, ਕਿਉਂਕਿ ਆਪਾਂ ਨਾ ਪਹਿਲੋਂ ਕਰ ਦਈਏ ਕਿਸੇ 'ਤੇ, ਅਗਲੇ ਕਰਨਾ ਅਸੀਂ ਪਹਿਲੋਂ ਧੱਕੇ ਮਾਰਨ ਲੱਗ ਪਈਏ ਕਿ ਇਹਨੂੰ ਉਹ ਵੀ ਨਹੀਂ ਵਧੀਆ ਲੱਗਦਾ, ਕਿਉਂਕਿ ਅਸੀਂ ਤਾਂ ਸ਼ਾਂਤਮਈ ਬੰਦੇ ਹਾਂ, ਪੀਸਫੁੱਲ ਅਸੀਂ ਪ੍ਰੋਟੈਕਸ ਕਰਦੇ ਹਰ ਥਾਂ। ਅਸੀਂ ਜੇ ਪੀਸਫੁੱਲ ਪ੍ਰੋਟੈਕਸ ਕੀਤਾ 13 ਮਹੀਨੇ ਦਿੱਲੀ, ਤਾਂ ਉੱਥੇ ਵੀ ਉਹੀ ਪੀਸਫੁੱਲ ਆ, ਜਿੱਥੇ ਜਾਂਦੇ ਸਾਡਾ ਪੀਸਫੁੱਲ ਆ। ਅਸੀਂ ਕਹਿੰਦਾ ਧੱਕੇ ਸਾਈ ਸਾਡੀਆਂ ਨਹੀਂ। ਹਾਂ ਹੋਈ, ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਅਸੀਂ ਧੱਕੇਸ਼ਾਹੀ ਨਹੀਂ ਕਰਦੇ, ਪਰ ਅਸੀਂ ਉਹ ਰਿਕੁਐਸਟ ਕਰਦੇ ਵੀ ਤੁਸੀਂ ਰੇਲਵੇ ਟਰੈਕ ਨਾ ਡੱਕੋ, ਪਰ ਅਸੀਂ ਉਹਨਾਂ ਨੂੰ ਕਿਹਾ ਵੀ ਨਹੀਂ ਸਾਡੀ ਉਹਨਾਂ 'ਚ ਸੁਣਵਾਈ ਕੋਈ ਨਹੀਂ। ਹੁਣ 2 ਦਿਨ ਉੱਥੇ ਬਹਿ ਗਏ, 3ਜਾ ਦਿਨ ਹੋ ਗਿਆ, ਉੱਥੇ ਵੀ ਕੁਝ ਨਹੀਂ ਸੁਣ ਰਿਹਾ। ਹੁਣ ਇਹ ਬਵਾਂਗੇ ਆਪੇ ਸੈਂਟਰ ਤੱਕ ਆਵਾਜ਼ ਆਊਗੀ, ਅੱਜ ਨਾ ਸੁਣਨਗੇ ਕੱਲ੍ਹ ਨਾ ਸੁਣਨਗੇ, ਨਹੀਂ ਤਾਂ ਫਿਰ ਇਹ ਵੀ ਬੰਦ ਹੈ ਹੀ ਆ, ਆਪਣੇ ਰੋਡ ਬਦਲਣਗੇ ਕੋਈ ਨਾ ਕੋਈ ਕਰਨਗੇ। ਸਾਡੀ ਹੀ ਤਾਂ ਹੁਣ ਘਰੋਂ ਨਿਕਲੇ ਹੀ ਹਾਂ ਅਸੀਂ, ਤਾਂ ਜਦੋਂ ਘਰੋਂ ਨਿਕਲੇ ਸਾਡੇ ਵਾਸਤੇ ਤਾਂ ਦਿੱਲੀ ਵੀ ਉੱਦਾਂ ਦੀ ਅਤੇ ਪੰਜਾਬ ਵੀ ਉੱਦਾਂ ਦਾ, ਅਤੇ ਟਰਾਲੀਆਂ 'ਚ ਤੁਸੀਂ ਦੇਖ ਲਓ ਅਸੀਂ ਉਹ ਲੰਗਰ ਪਾਣੀ ਦਾ ਅਰੇਂਜਮੈਂਟ ਵੀ ਲਿਆਂਦਾ। ਹੁਣ ਸਾਡੀਆਂ ਮੇਰਾ ਖਿਆਲ ਅੱਜ ਬੀਬੀਆਂ ਵੀ ਆਉਣੀਆਂ ਸ਼ੁਰੂ ਹੋ ਜਾਣੀਆਂ, ਅਤੇ ਜਿਹੜੀਆਂ ਬੀਬੀਆਂ ਆਈਆਂ ਉਹਨਾਂ ਰੋਟੀਆਂ ਪਕਾਉਣੀਆਂ ਸ਼ੁਰੂ ਕਰਦੀਆਂ, ਇੱਥੇ ਬਹਿ ਕੇ ਖਾਈ ਖੂ ਜਾਣੀਆਂ। ਜਲੰਧਰ ਤੋਂ ਸੰਦੀਪ ਕੌਲ ਦੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਬਿਊਰੋ ਰਿਪੋਰਟ।